ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਉਨ 10 ਕਰੋੜ ਨਾਨਕ ਨਾਮ ਲੇਵਾ ਸ਼ਰਧਾਲੂਓ ਕੀ ਆਸਥਾ ਔਰ ਭਾਵਨਾ ਕੋ ਮੱਦੇਨਜ਼ਰ ਰੱਖਤੇ ਹੋਏ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਉਨਕੀ ਧਰਮ ਪਤਨੀ ਉਨਕੋ ਆਹਵਾਨ ਕਰਤਾ ਹੂੰ ਕਿ ਵੋ ਸੜਕ ਪੇ ਉਤਰੇ, ਲੀਡ ਲੇ ਔਰ ਪ੍ਰਧਾਨ ਮੰਤਰੀ ਜੀ ਕੋ ਬੋਲੇ ਕਿ ਜੈਸੇ ਉਨ੍ਹੋਂਨੇ ਬਧਾਈ ਕਾ ਫੋਨ ਦਿਆ ਥਾ ਇਮਰਾਨ ਖਾਨ ਸਾਹਿਬ ਕੋ, ਵੋ ਉਨਸੇ ਫੋਨ ਕਰਵਾਏ ਕਿ ਕਰਤਾਰਪੁਰ ਸਾਹਿਬ ਕਾ ਲਾਂਘਾ ਖੋਲਾ ਜਾਏ, ਮੈਂ ਉਨਕੇ ਪੀਛੇ ਚੱਲਣੇ ਕੇ ਲੀਏ ਤਿਆਰ ਹਾਂ। ਮੈਂ ਹਰ ਉਸ ਇਨਸਾਨ ਕੇ ਆਗੇ ਨਤਮਸਤਕ ਹੋਣੇ ਕੇ ਲੀਏ ਤਿਆਰ ਹੂੰ ਜੋ 10 ਕਰੋੜ ਲੋਗੋ ਕੀ ਆਸਥਾ ਸੰਪੰਨ ਕਰਦੇ, ਉਨਕਾ ਜੀਵਨ ਸਫਲ ਕਰਦੇ। ਇਸਮੇ ਸਿੱਧੂ ਤੋਂ ਨਿਮਿਤ ਮਾਤਰ ਵੀ ਨਹੀਂ ਹੈ। ਔਰ ਮੈਂ ਇਨ ਲੋਗੋ ਕੋ ਯਾਦ ਕਰਾਨਾ ਚਾਹਤਾ ਹੂੰ ਕਿ ਜਬ ਇਨਕੇ 5 ਬਾਰ ਕੇ ਮੁੱਖ ਮੰਤਰੀ ਪਿਤਾ ਜੀ ਪਾਕਿਸਤਾਨ ਗਏ ਥੇ ਤੋ ਵੋ ਸੰਗਤ ਕੀ ਬਾਤ ਨਹੀਂ ਕਰਕੇ ਆਏ ਥੇ, ਵਹਾਂ ਸੇ ਭੇਡੂ ਲੈ ਕੇ ਆਏ ਥੇ, ਦੁੰਬੇ ਪਲੇ ਹੋਏ ਦੁੰਬੇ, ਜਿਹੜਾ ਭੇਡੂ ਮੋਟਾ ਹੋ ਜਾਂਦਾ ਨਾ ਉਹਨੂੰ ਦੁੰਬਾ ਕਹਿੰਦੇ, ਦੁੰਬਾ, ਉਹ ਦੁੰਬੇ ਲੈ ਕੇ ਆਏ ਥੇ। ਇਹਨੇ ਇਤਰਾਜ਼ ਨਹੀਂ ਹੋਣਾ ਚਾਹੀਏ ਅਗਰ ਪਾਕਿਸਤਾਨ ਕੀ ਗਵਰਨਮੈਂਟ ਮੇ ਸੇ ਸਕਾਰਾਤਮਕ ਸੰਦੇਸ਼ ਆਤੇ ਹੈਂ, ਸਰਕਾਰ ਬਦਲੀ ਹੈ, ਰਵੱਈਆ ਬਦਲਾ ਹੈ, ਵਜ਼ੀਰ ਆਜ਼ਮ ਬਦਲੇ ਹੈ, ਏਕ ਪਲੈਟਫਾਰਮ ਪੇ ਸਭ ਸਟੇਕ ਹੋਲਡਰ ਸੇ ਮੀਟਿੰਗ ਹੋਤੀ ਹੈ, ਆਵਾਜ਼ ਉੱਠਤੀ ਹੈ ਕਿ ਹਮ ਕਰਤਾਰਪੁਰ ਸਾਹਿਬ ਕਾ ਦੁਆਰ ਖੋਲਨੇ ਕੇ ਲੀਏ ਤਿਆਰ ਹੈ, ਤੋ ਯੇ ਰੰਗ ਮੇਂ ਭੰਗ ਕਿਉਂ ਡਾਲ ਰਹੇ ਹੈਂ ਭਾਈ, ਯੇ ਉਸੇ ਫੈਸਿਲੀਟੇਟ ਕਰੇ, ਸਹਿਯੋਗੀ ਪ੍ਰਕਿਰਿਆ ਮੇਂ ਆਗੇ ਆਏ। ਮੈਂ ਤੋ ਹਰ ਆਦਮੀ ਕਾ ਸਵਾਗਤ ਕਰ ਰਹਾ ਹੂੰ, ਦੁੰਬੋ ਦੁੰਬੋ ਕੋ ਲਾਨੇ ਵਾਲੇ 7 ਸਾਲ ਕੁੰਭਕਰਨ ਕੀ ਨੀਂਦ ਸੋਨੇ ਵਾਲੇ ਸੰਵਿਧਾਨ ਫਾੜਨੇ ਵਾਲੇ ਅੱਜ ਮੁਨੇ ਦੇਸ਼ ਭਗਤੀ ਸਿਖਾਏਂਗੇ, ਮੇਰੀ ਜ਼ਿੰਦਗੀ ਪ੍ਰਮਾਣ ਹੈ ਮੈਂ ਕਿਹਾ ਹੂੰ। ਲੇਕਿਨ ਫਿਰ ਵੀ ਮੈਂ ਪਿੱਛੇ ਰਹਿਣੇ ਕੇ ਲੀਏ ਤਿਆਰ ਹੂੰ, ਔਰ ਮੈਂ ਕਹਿਤਾ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਆ ਗਿਆ ਔਰ ਮੋਦੀ ਸਾਹਿਬ ਨੇ ਜਿਨ੍ਹੋਂਨੇ ਬਧਾਈ ਕੇ ਲੀਏ ਫੋਨ ਕੀਆ ਥਾ, ਉਨਸੇ 10 ਕਰੋੜ ਨਾਨਕ ਨਾਮ ਲੇਵਾ ਸ਼ਰਧਾਲੂਓ ਕੇ ਲੀਏ ਫੋਨ ਕਰਵਾ, ਲਾਂਘਾ ਖੁਲਵਾ, ਤੂੰ ਨਾ ਇਧਰ ਉਧਰ ਕੀ ਬਾਤ ਕਰ, ਬਤਾ ਕੇ ਲਾਂਘਾ ਕਿਉਂ ਨਹੀਂ ਖੁਲਾ, ਬਤਾ ਕੇ ਤੇਰਾ ਬਾਬਾ ਦੁੰਬੇ ਕਿਉਂ ਲੈ ਕੇ ਆਇਆ। ਮੈਂ ਫਿਰ ਝੁਕਨੇ ਕੇ ਲੀਏ ਤਿਆਰ ਹੂੰ, ਮੈਂ ਫਿਰ ਪੀਛੇ ਚੱਲਨੇ ਕੇ ਲੀਏ ਤਿਆਰ ਹੂੰ, ਲੇਕਿਨ ਯੇ ਭਾਰਤ ਸਰਕਾਰ ਕੀ ਡਿਊਟੀ ਬਣਤੀ
कि वो इन 10 करोड़ श्रद्धालुओं के लिए एक फॉर्मल रिक्वेस्ट भेजें, क्योंकि जाना हमने है उधर। ये धरती जिस पे हम जाना चाहते हैं, ये पाकिस्तान के दायरे में है। 4 किलोमीटर हमने उधर जाना है, तो भाई पहल हमें करनी होगी। इसमें काहे की ईगो, बाबा नानक सारे जहान के हैं, तो इसमें ये कहां से आ जाता है कि वो लिखें। वो तो कह चुके हैं, पुरजोर तरीके से कह चुके हैं, सारी दुनिया के सामने उनके इंफॉर्मेशन मिनिस्टर की कभी स्टेटमेंट पहले आई थी खुलेआम सारी दुनिया के सामने? प्राइम मिनिस्टर की कभी स्टेटमेंट आई थी? ट्वीट आ चुके हैं, आश्वासन आ चुके हैं, बहुत देर कर दी मेहरबान आते, बहुत देर कर दी मेहरबान आते। तो मैं फिर विनम्र विनती करता हूं कि इस पे ओछी राजनीति ना करें, नहीं तो सिख संगत जो है, पंजाबी लोग जो हैं, बाबा नानक और गुरुओं पीरों के साथ जुड़े हुए जो लोग हैं, वो तुम्हें माफ नहीं करेंगे। पहले ही तुम सब कुछ गवा चुके हो। और सिखिज्म यूनिवर्सल ब्रदरहुड पे खड़ा है, मानस की जात सब है एक है पहचान वो। ये तुम्हारा पेटेंट नहीं है, ये तुम्हारा कॉपीराइट नहीं है, ये सबका अधिकार है। मुस्लिम पीर फकीर मियां मीर साहब ने नींव रखी थी दरबार साहब की, चौ वर्णाली खुला है दरबार साहब। अव्वल अल्लाह नूर उपाया कुदरत के सब बंदे, एक नूर ते सब जग उपजा कौन भले को मंदे। क्यों 100 मन दूध में खटाई की बूंद डाल रहे हो? सकारात्मक तरीके से, सकारात्मक तरीके से बी फैसिलिटेटर्स। क्या तुम्हें दर्द है, कोई ईर्ष्या है? तुम आगे चलो भाई, मैं पीछे चलूंगा, नतमस्तक होकर चलूंगा। ये तुम्हारा अहंकार तुम्हें छोड़ने को तैयार नहीं। तुम्हें लोगों ने 13 सीटें जिताई, तुम ऑपोजिशन नहीं हो लीडर के, फिर भी तुम अपने अहंकार को छोड़ने के लिए तैयार नहीं हो। अधजल अधजल गगरी चुप्पे जाए, अधजल गगरी बोले जाए, भरी गगरिया चुप्पे जाए। जितनी गागर भरी हुई होती है उतनी आवाज कम आती है, और जितनी खाली होती है उतना शोर मचाती है, समझे? तो ये शोर मत मचाओ भाई, चुपचाप इस यज्ञ में आहुति दो, इस महान कार्य में अपना समर्थन दो, नहीं तो ये संगत तुम्हें माफ नहीं करेगी। गुरु घर के दोखी तो पहले ही बन चुके हो। लोग न्याय मांग रहे हैं कि तुमने फिरका परस्ती के लिए आईएसआई की आड़ में लाशों की राजनीति की है, और वो
ਬਹੁਤ ਕੁਝ ਪ੍ਰੂਵ ਹੋ ਗਿਆ ਹੈ, ਲੇਕਿਨ ਉਸ ਪੋਲੀਟਿਕਸ ਸੇ ਪਰੇ ਹਟ ਕੇ ਆਓ, ਇਕੱਠੇ ਹੋ ਕੇ ਇਸ ਲਾਂਘੇ ਕੀ ਬਾਤ ਕਰੇ, ਇੱਕਜੁੱਟ ਹੋ ਕੇ, ਇੱਕ ਮੁੱਠ ਹੋ ਕੇ ਇਸ ਲਾਂਘੇ ਕੀ ਬਾਤ ਕਰੇ। ਮੈਂ ਪਿੱਛੇ ਤਰਨੇ ਕੇ ਲਈ ਤਿਆਰ ਹਾਂ, ਮੈਂ ਝੁਕਨੇ ਕੇ ਲਈ ਤਿਆਰ ਹਾਂ, ਹਰ ਚੀਜ਼ ਮੇਰੇ ਇਸ ਅਹਿਮ ਸੇ ਉੱਪਰ ਹੈ, ਨਿਮਿਤ ਮਾਤਰ ਹੂੰ ਮੈਂ ਇਸਮੇ। ਤੁਮ ਆਗੇ ਲਗੋ, ਲੇਕਿਨ ਯਹ ਤੋ ਕਹੋ ਕਿ ਚਿੱਠੀ ਚਿੱਠੀ ਲਿਖਵਾਓਗੇ, ਯਹ ਤੋ ਕਹੋ ਫੋਨ ਕਰਵਾਓਗੇ, ਕਿਉਂ ਇਧਰ ਉਧਰ ਕੀ ਬਾਤ ਕਰਤੇ ਹੋ, ਕਿਉਂ ਇਸ ਇਸ਼ੂ ਕੋ ਡਿਫਲੈਕਟ ਕਰਨੇ ਕੀ ਬਾਤ ਕਰਤੇ ਹੋ, ਸੀਧੀ ਬਾਤ ਕਰੋ ਨਾ, ਬਾਬਾ ਜੀ ਕੇ ਲਾਂਘੇ ਕੀ ਬਾਤ ਕਰੋ, ਉਸਮੇ ਤੁਮਾਰੀ ਕਿਆ ਕੰਟਰੀਬਿਊਸ਼ਨ ਹੋਗੀ ਉਸਕੀ ਬਾਤ ਕਰੋ, ਮੈਂ ਸਵਾਗਤ ਕਰੂੰਗਾ। ਧੰਨਵਾਦ ਸਾਹਿਬ, ਕੋਈ ਸਵਾਲ ਹੋ ਸਕਦਾ? ਇਹ ਰੈਲੇਵੈਂਟ ਚੀਜ਼ਾਂ ਨੇ, ਇਹਦੀ ਕੀ ਰੈਲੇਵੈਂਸ ਹੈ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲਣ ਦੀ ਨਾ ਖੁੱਲਣ ਦੇ ਲਈ? ਮੈਂ ਕਹਿ ਰਿਹਾ ਇਸ਼ੂ ਨੂੰ ਡਿਫਲੈਕਟ ਕਰਦੇ ਆ। ਮੈਂ SMS ਦੇਤਾ ਜਿੱਥੇ ਉਹਨਾਂ ਨੇ ਅਪੁਆਇੰਟਮੈਂਟ ਦਿੱਤੀ ਔਰ ਮੈਂ ਚਲਾ ਗਿਆ ਕੋਈ ਕਿਸੇ ਮਿਨਿਸਟਰ ਦੇ ਘਰ ਜਾਦਾ। ਇਰਰੈਲੇਵੈਂਟ ਚੀਜ਼ਾਂ ਨੇ, ਹਵਾਈ ਤੀਰ ਸ਼ੁਰਲੀਆਂ ਸ਼ੁਰਲੀਆਂ ਨੇ ਨਾ, ਸ਼ੁਰਲੀਆਂ ਛੱਡਦੇ, ਸੱਚੀ ਗੱਲ 'ਤੇ ਆਉਂਦੇ ਨਹੀਂ, ਵੱਡੀ ਗੱਲ 'ਤੇ ਆਉਂਦੇ ਨਹੀਂ, ਸਿੱਧੀ ਗੱਲ 'ਤੇ ਆਉਂਦੇ ਨਹੀਂ। ਉਹ ਭਾਈ ਹੁਣ ਇਦੋਂ ਵੱਧ ਮੈਂ ਕੀ ਕਹਿੰਦਾ, ਤੁਸੀਂ ਤੁਰੋਗੇ ਜਾਂ ਤੁਹਾਨੂੰ ਲੱਗਦਾ ਵੀ ਤੁਸੀਂ ਕਾਪੀਰਾਈਟ ਰੱਖਿਆ, ਤੁਸੀਂ ਪੇਟੈਂਟ ਰੱਖਿਆ ਇਸ ਗੱਲ ਦਾ? ਜੇ ਤਾਂ ਤੁਸੀਂ ਕਰੋ ਫਿਰ ਠੀਕ ਹੈ ਸਭ ਕੁਛ, ਜੇ ਕੋਈ ਹੋਰ ਪੰਜਾਬੀ ਇਸ ਬਾਰੇ ਗੱਲ ਕਰੇ ਤਾਂ ਤੁਹਾਨੂੰ ਪੀੜ ਹੁੰਦੀ ਹੈ, ਜਾਂ ਇਹ ਕਹੋ।